Thank you.
Oh,
खूबसूरत ख्याल रखता है मन अक गया मन थक गया हुन ढोली नहीं बजांदा मंदरिया का अर्थ है ढोल मादल मादल तो मंदरिया नफस जाके अगे आखे कबीर सब जगह फिरो मादल कंध चढ़ाए कंधे ते टोल पा के सारा संसार फिरे मादल तो भाव टोल मंदरिया तो भाव भी टोल मन ढोल बजांदा सी ते जीव नचदा सी रुक के अर्ज करा जीवन नु सफर आख्या जदों किसे इक लफज ते खलो जांदा कुछ कहण नु चित करदा जीवन सफर आख्या सफर करदे आ घंटे दो घंटे बाद पैदल मनुख थक जाता सफर थकावट पर नाच भी एक सफर है वो भी पैरां नाल हुंदा है भी पैरां नाल नाच भी एक सफर है सिर्फ फर्क ही है उस सफर विच मनुख को रोचकता नहीं होती मनोरंजन नहीं होता खुशी नहीं होती नतीजा है कि मनुख थक जाता है सियाने लोगों ने आख्या कोई कांड कंडो मनुख के पैर तुरन वाला काम करना पर उन्हें विच रोचकता हो दिल लगे चाह पैदा लो इस ख्याल ने समाज विच एक त्रिया एक काम पैदा किया इंट्रोड्यूस किया इजाद किया उसी नाच उन पैरें नाली मनुख तुरदा है पैरें नाली मनुख नचदा है पर
నచ్చినాయండి రోచుకుతామంటే నాచ్ డాన్స్ చేయడానికి ఓ మనుకుది రోచకత వచ్చి రంజకత వచ్చి మనోరంజన విషయం తోడునాయి ఎన్నే జ్యాదా అప్నా టికానా బనా బైఠా కి దునియా కే హర్ కబీలే నే దునియా కే హర్ దేశ్ నే అప్నే అప్నే ఢంగ్ నాల్ ਨਾਚ ਦੇ ਤਰੀਕੇ ਤੇ ਬਦਲੇ ਪਰ ਨਾਚ ਦਾ ਟਿਕਾਣਾ ਜ਼ਰੂਰ ਰੱਖਿਆ ਹਰ ਕਬੀਲੇ ਦਾ ਆਪਣਾ ਨਾਚ ਹੈ ਇਹ ਰਾਜਸਥਾਨੀ ਨਾਚ ਹਰ ਕਬੀਲੇ ਦਾ ਆਪਣਾ ਨਾਚ ਕਿਉਂ ਇਹਦੀ ਲੋੜ ਹਰ ਇੱਕ ਨੂੰ ਕਿਉਂ ਪ੍ਰਤੀਤ ਹੋਈ ਲੋ ਮੈਂ ਇੱਥੇ ਰੁਕਣਾ ਚਾਹੁੰਦਾ ਇਹ ਗੱਲ ਚੱਲ ਪਈ ਇੱਥੇ ਫਿਰ ਮੈਂ ਇਸਦਾ ਪਿਛੋਕੜ ਵੀ ਸਮਝਣਾ ਚਾਹੁੰਦਾ ਹੱਥ ਆਪਣਾ ਟਿਕਾਣਾ ਕਿਉਂ ਬੜਾ ਬੈਠੀ ਕਿਉਂਕਿ ਇਹਦੇ ਵਿੱਚ ਰਚਕਤਾ ਹੈ ਮਨੁੱਖ ਨੂੰ ਇਹ ਰੋਚਕਤਾ ਚੰਗੀ ਲੱਗਦੀ ਇਸ ਲਈ ਹਰ ਕਬੀਲੇ ਨੇ ਬਣਾਈ ਹੁਣ ਦੇਖਣਾ ਹੈ ਵੀ ਰੋਚਕਤਾ ਕਿਉਂ ਹੈ ਜਨਾਟ ਮਨੋਰੰਜਨ ਕਿਉਂ ਕਿਉਂਕਿ ਇਹ ਆਪਣੀ ਮਰਜ਼ੀ ਨਾਲ ਪੈਰ ਨਹੀਂ ਤੁਰਦੇ ਆਪਣੀ ਮਰਜ਼ੀ ਨਾਲ ਨਹੀਂ ਤੁਰਦੇ ਆਪਣੀ ਮਰਜ਼ੀ ਨਾਲ ਨਹੀਂ ਉੱਠਦੇ ਆਪਣੀ ਮਰਜ਼ੀ ਨਾਲ ਨਹੀਂ ਟਿਕਦੇ ਇਹ ਕਿਸੇ ਦੇ ਅਧੀਨ ਹੋ ਜਾਂਦੇ ਨੇ ਜਰਾ ਰੁਕਿਓ ਜਦੋਂ ਨਾਚ ਦਾ ਸਮਾਂ ਡਾਂਸ ਦਾ ਸਮਾਂ ਹੁੰਦਾ ਨਾ ਉਦੋਂ ਪੈਰ ਆਪਣੀ ਮਰਜ਼ੀ ਨਾਲ ਨਹੀਂ ਚੱਲਦੇ ਉਹ ਕਿਸੇ ਦੇ ਅਧੀਨ ਹੋ ਜਾਂਦੇ ਨੇ ਤੇ ਉਹ ਜਿਸਦੇ ਅਧੀਨ ਹੁੰਦੇ ਨੇ ਉਹ ਅਧੀਨ ਕਰਨ ਵਾਲਾ ਉਹਦੇ ਤੇ ਹਾਕਮ ਹੁੰਦਾ ਆਪਣੀ ਮਰਜ਼ੀ ਚਲਾਉਂਦਾ ਦੇ ਗੁਲਾਮ ਨੇ ਉਹ ਫਿਰ ਆਪਣੀ ਮਰਜ਼ੀ ਦਾ ਤਾਲ ਵਜਾਉਂਦਾ ਹੈ ਜਿੰਨੇ ਨਾਚ ਨੇ ਉਹਨਾਂ ਦੇ ਨਾਲ ਕੋਈ ਨਾ ਕੋਈ ਤਾਲ ਵੱਜਦਾ ਹੈ ਕੋਈ ਨਗਾਰਚੀ ਕੋਈ ਢੋਲਚੀ ਤਾਲ ਵਜਾਉਂਦਾ ਹੈ ਤੇ ਉਹ ਤਾਲ ਜਿਹੜਾ ਹੈ ਉਹਦੇ ਬੰਦਿਸ਼ ਵਿੱਚ ਉਹਦੇ ਬੰਧਨ ਵਿੱਚ ਆਪਣੀ ਮਰਜ਼ੀ ਨਾਲ ਨਹੀਂ ਕਦਮ ਚੁੱਕਦਾ ਨਾਚ ਕਰਨ ਵਾਲਾ ਕਦਮ ਚੁੱਕਦਾ ਉਹਦੇ ਬੰਧਨ ਵਿੱਚ ਰਹਿ ਕੇ ਉਹਦੀ ਮਰਜ਼ੀ ਵਿੱਚ ਰਹਿ ਕੇ ਕਦਮ ਚੁੱਕਦਾ ਤੇ ਉਹਦੇ ਵਿੱਚੋਂ ਉਹਦੀ ਰੰਜਕਤਾ ਅਰੋਚਕਤਾ ਪੈਦਾ ਹੋ ਜਾਂਦੀ ਹੈ ਫਿਰ ਉਹ ਪੈਦਲ ਤੁਰਨ ਵਾਲੀ ਗੱਲ ਨਹੀਂ ਰਹਿੰਦੀ ਇੱਕ ਨਾਚ ਵਾਲੀ ਡਾਂਸ ਵਾਲੀ ਅਰੋਚਕਤਾ ਵਾਲੀ ਗੱਲ ਬਣ ਜਾਂਦੀ ਕਿਉਂਕਿ ਨਾਲ ਤਾਲ ਵੱਜ ਰਿਹਾ ਤੇ ਤਾਲ ਦੀ ਚਾਲ ਨਾਲ ਮਨੁੱਖ ਦਾ ਨਾਚ ਕਰਨ ਵਾਲੇ ਦਾ ਨਿਰਤ ਕਰਨ ਵਾਲੇ ਦਾ ਕਦਮ ਉੱਠ ਗਿਆ ਇਹਨੂੰ ਨਿਰਤ ਵੀ ਕਦਮ ਉੱਠ ਗਿਆ ਉਹਦੀ ਰੋਚਕਤਾ ਉਸਦੇ ਨਿਯਮਬੱਧ ਕਿਉਂਕਿ ਆਪਣਾ ਤੁਰਨਾ ਜਿਹੜਾ ਨਿਯਮਬੱਧ ਨਹੀਂ ਹੁੰਦਾ ਲੇਕਿਨ ਨਾਚ ਦਾ ਕਦਮ ਜਿਹੜਾ ਉੱਠਦਾ ਉਹ ਨਿਯਮਬੱਧ ਹੁੰਦਾ ਹੈ ਸਕਿੰਟ ਅੱਗੇ ਪਿੱਛੇ ਨਹੀਂ ਹੋ ਸਕਦਾ ਨਿਯਮਬੱਧ ਕਦਮ ਉੱਠਣਾ ਨਾ ਉਹ ਉਹਦੇ ਵਿੱਚ ਰੋਚਕਤਾ ਪੈਦਾ ਕਰਦਾ ਤੇ ਉਸ ਰੰਜਕਤਾ ਨੂੰ ਮੰਨਣ ਲਈ ਲੋਕ ਟਿਕਟਾਂ ਭਰਦੇ ਨੇ ਕਿ ਰਾਹ ਜਾਂਦੇ ਆਪਾਂ ਨੂੰ 20 ਆਦਮੀ 50 ਆਦਮੀ ਦੱਸਦੇ ਨੇ ਕਦੇ ਅਸੀਂ ਸੋਚਿਆ ਵੀ ਇਹ ਕਿਵੇਂ ਤੁਰ ਰਹੇ ਕਦੇ ਦੱਸੋ ਸਾਨੂੰ ਧਿਆਨ ਹੀ ਨਹੀਂ ਗਿਆ ਕੋਈ ਕਿਵੇਂ ਤੁਰਦਾ ਸਾਨੂੰ ਕੀ ਪਰ ਜਿਹਨੇ ਨਾਚ ਕਰਨਾ ਉਹਨੇ ਵੀ ਤੁਰਨਾ ਦੇਖਣ ਲਈ ਲੋਕ ਟਿਕਟਾਂ ਘਰ ਖਰਚ ਕਰਦੇ ਨੇ ਪੈਸੇ ਖਰਚ ਕਰਦੇ ਟਿਕਟਾਂ ਲੈਂਦੇ ਕੀ ਦੇਖਦੇ ਨੇ ਉੱਥੇ
olla que se entordaba. Entordaré, ¿eh? ਲੇਕਿਨ ਫਰਕ ਕੀ ਹੈ, ਉਹ ਆਪਣੀ ਮਰਜ਼ੀ ਨਾਲ ਨਹੀਂ ਤੁਰ ਰਿਹਾ, ਕਿਸੇ ਦੇ ਬੰਧਨ ਵਿੱਚ ਨਿਯਮਬੱਧ ਹੋ ਕੇ ਤੁਰ ਰਿਹਾ। ਉਹ ਜਿਹਦੇ ਨਿਯਮ ਵਿੱਚ ਤੁਰ ਰਿਹਾ ਉਹਦਾ ਰਾਜ ਹੈ, ਉਹਦੀ ਮਰਜ਼ੀ ਨਾਲ ਤਾਲ ਵੱਜਣਾ, ਉਹਦੇ ਤਾਲ ਦੇ ਅਧੀਨ ਉਸਨੇ ਤੁਰਨਾ। ਇਸ ਲਈ ਉਹਦੇ ਵਿੱਚ ਰੰਗ ਦਿੱਤਾ ਲੋਕ, ਉਸਨੂੰ ਵੇਖਣ ਵਾਲੇ ਵੀ, ਕਰਨ ਵਾਲਾ ਵੀ ਤੇ ਵੇਖਣ ਵਾਲਾ ਵੀ ਦੋਨੋਂ ਮਨੋਰੰਜਨ ਕਰ ਰਹੇ ਨੇ। ਨਾਚ ਸੰਸਾਰ ਦੇ ਤੁਰਨ ਦੇ ਹੋਰ ਨਿਯਮਾਂ ਨਾਲੋਂ ਇੱਕ ਵੱਖਰੀ ਕਿਸਮ ਦਾ ਵਧੀਆ ਤੋਰ ਹੈ, ਜਿਹੜੀ ਹਰ ਬਿਲਕੁਲ ਤਾਂ ਹੁਣੇ ਵੀ ਈਵਨ ਇੱਥੋਂ ਤੱਕ ਕਿ ਮੌਤ ਨੇ ਵੀ ਆਪਣੇ ਘਰ ਵਿੱਚ ਨਾਚ ਦਾ ਸਿਸਟਮ ਬਣਾ ਲਿਆ। ਅੱਜ ਉਹਨੂੰ ਤਾਂਡ ਬਣਾ ਚੱਕਿਆ, ਸ਼ਾਸਤਰਾਂ ਨੇ ਉਹਨੂੰ ਤਾਂਡ ਬਣਾ ਚੱਕਿਆ। ਉੱਥੇ ਬਹੁਪਰੇ ਕਹਿੰਦੇ ਨੇ, ਉੱਥੇ ਜੋਗਣੀ ਆ, ਉੱਥੇ ਖੂਨ ਦੇ, ਕਿਉਂਕਿ ਉਹਨਾਂ ਨੂੰ ਉਹਦੇ ਵਿੱਚ ਰੰਗ ਦਿੱਤਾ। ਉਹ ਜਦੋਂ ਸ਼ਾਸਤਰ ਪੜ੍ਹਨੇ, ਕੋਈ ਹੋਰ ਗ੍ਰੰਥ ਪੜ੍ਹਨੇ, ਉਹਦੇ 'ਚ ਫਿਰ ਉਹਨਾਂ ਨੂੰ ਤਾਂਡ ਬਣਾ ਚੱਕਦੇ। ਇਹਦਾ ਮਤਲਬ ਨਾਚ ਮੌਤ ਨੂੰ ਵੀ ਲੋੜ ਹੈ, ਮੌਤ ਵੀ ਰੋਚਕਤਾ ਬਣਦੀ ਹੁੰਦੀ। ਜਿਹੜਾ ਸ਼ਬਦ ਹੈ ਉਹਦਾ ਇੱਕ ਬੜਾ ਖੂਬਸੂਰਤ ਪਹਿਲੂ ਹੈ ਜਿਹੜਾ ਸਮਝਣ ਵਾਲਾ ਹੈ। ਜੇ ਨਾਚ ਇੰਨਾ ਜ਼ਰੂਰੀ ਹੈ, ਉਹਦੀ ਕੋਈ ਵੈਲਿਊ ਹੈ, ਆਮ ਤੁਰਨ ਦੀ ਕੋਈ ਵੈਲਿਊ ਨਹੀਂ, ਲੋਕ ਤੁਰੇ ਫਿਰਦੇ ਨੇ, ਕਦੇ ਅਸੀਂ ਕਿਸੇ ਵੱਲ ਦੇਖਿਆ ਹੀ ਨਹੀਂ, ਆਪ ਵੀ ਤੁਰੇ ਫਿਰਦੇ ਹਾਂ, ਕਦੇ ਅਸੀਂ ਆਪਣੇ ਪੈਰਾਂ ਵੱਲ ਵੀ ਦੇਖਿਆ ਹੀ ਨਹੀਂ, ਅਸੀਂ ਕਿਵੇਂ ਤੁਰਨਾ। ਪਰ ਜਦੋਂ ਕੋਈ ਨ੍ਰਿਤ ਕਰ ਰਿਹਾ ਹੋਵੇ, ਉਹਦੇ ਹਰ ਇੱਕ ਐਕਸ਼ਨ ਨੂੰ ਅਸੀਂ ਬੜੇ ਧਿਆਨ ਨਾਲ ਦੇਖਦੇ ਹਾਂ। ਕਿਉਂ? ਕਿਉਂਕਿ ਉਹ ਤਾਲ ਦੇ ਬੰਧਨ ਵਿੱਚ ਕਦਮ ਉਠਾ ਰਿਹਾ, ਬੰਧਨ ਵਿੱਚ। ਹੁਣ ਇੱਥੇ ਬਾਬਾ ਕਬੀਰ ਜੀ ਨੇ ਖਿਆਲ ਦਿੱਤਾ, ਕਹਿੰਦੇ ਨੇ ਸੰਸਾਰ ਅੰਦਰ ਦੋ ਤਰ੍ਹਾਂ ਦਾ ਰਾਜ ਹੈ, ਇੱਕ ਸ਼ੈਤਾਨ ਦਾ, ਇੱਕ ਭਗਵਾਨ ਦਾ। ਭਗਵਾਨ ਵੀ ਰਾਜ ਕਰਦਾ, ਸ਼ੈਤਾਨ ਵੀ ਰਾਜ ਕਰਦਾ। ਜੀਵ ਇਸ ਸੰਸਾਰ ਤੇ ਆਉਂਦਾ ਇਹ ਸੋਚਦਾ ਜਿਉਣਾ ਬੜਾ ਔਖਾ ਹੋ ਜਾਏਗਾ ਜੇ ਮੈਂ ਕਿਸੇ ਦੇ ਤਾਲ ਤੇ ਨੱਚਣਾ ਨਾ ਸਿੱਖਿਆ, ਰੰਗਤਾ ਹੀ ਨਹੀਂ ਰਹਿੰਦੀ ਜੀਵਨ ਵਿੱਚ, ਜੀਵਨ ਵੀ ਰੁੱਖਾ ਹੋ ਜਾਂਦਾ। ਜੇ ਸੁਭਾਵਕ ਤੁਰਨਾ ਹੋਵੇ, ਸੁਭਾਵਕ ਤੁਰਦਿਆਂ ਤੇ ਮਨੁੱਖ ਅੱਧਾ ਮੀਲ ਤੁਰਦਾ ਥੱਕ ਜਾਂਦਾ, ਉਹਦੇ ਵਿੱਚ ਰੰਜਕਤਾ ਪੈਦਾ ਕਰੋ, ਉਹ ਹੁੰਦੀ ਹੈ ਬੰਧਨ ਦੇ ਨਾਲ ਪੈਰ ਉਠਾਇਆ, ਜਿਹਨੂੰ ਅਸੀਂ ਨਾਚ ਆਖਦੇ ਹਾਂ, ਨ੍ਰਿਤ ਆਖਦੇ ਹਾਂ। ਕਿਉਂਕਿ ਸ਼ਬਦ ਐਸਾ ਆਇਆ, ਮੈਂ ਇਹ ਚੀਜ਼ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਰੰਜਕਤਾ ਚਾਹੀਦੀ ਹੈ, ਜੀਵਨ ਨੂੰ ਵੀ ਚਾਹੀਦੀ ਹੈ, ਨਹੀਂ ਤਾਂ ਜੀਵਨ ਦਾ ਸਫ਼ਰ ਇੰਨਾ ਲੰਬਾ, ਮਨੁੱਖ ਥੱਕਦਾ ਕੀ ਕਰੇਗਾ, ਬੜਾ ਔਖਾ ਹੈ। ਇਸ ਲਈ ਇਹ ਵੀ ਚਾਹੁੰਦਾ ਵੀ ਕੋਈ ਢੋਲ ਵਜਾਵੇ, ਕੋਈ ਤਾਲ ਵਜਾਵੇ, ਤੇ ਮੈਂ ਆਪਣਾ ਜੀਵਨ ਦਾ ਸਫ਼ਰ ਉਹਦੇ ਅਧੀਨ ਕਰ ਲਾਂ, ਰੰਜਕਤਾ ਬਣੀ ਰਹੇ, ਜੀਵਨ ਮੈਨੂੰ ਸਵਾਦਲਾ ਲੱਗਣ ਲੱਗ ਪਏ, ਜੀਵਨ ਮੈਨੂੰ ਚੰਗਾ ਲੱਗਣ ਲੱਗ ਪਿਆ, ਜੀਵਨ ਇੱਕ ਸਫ਼ਰ ਹੈ। ਫਿਰ ਇਹ ਵੇਖਦਾ ਕੌਣ ਤਾਲ ਵਜਾਵੇ ਜਿਹਦੇ ਅਧੀਨ ਮੈਂ ਚੱਲਾਂ, ਲਓ ਇੱਥੇ ਖਲੋ ਜਾਵਾਂ। ਬਾਣੀ ਵਿੱਚ ਬੜਾ ਖੂਬਸੂਰਤ ਖਿਆਲ ਹੈ, ਕਹਿੰਦੇ ਨੇ ਇੱਕ ਹੈ ਮਨ, ਉਹ ਵੀ ਤਾਲ ਵਜਾਉਂਦੇ ਨੇ, ਤੇ ਬਤਾਤ ਜੀਵਨ ਸੰਸਾਰ ਦੇ ਜਿਹੜੇ ਨੇ ਉਹ ਮਨ ਦੇ ਤਾਲ ਤੇ ਨੱਚਦੇ ਨੇ। ਆ ਜਿੰਨਾ ਸੰਸਾਰ ਦੀ ਪ੍ਰਕਿਰਤੀ ਦੀ ਜਿੰਨੀ ਮੂਵਮੈਂਟ ਹੈ, ਇਹ ਮਨ ਦੇ ਤਾਲ ਤੇ ਨੱਚ ਰਹੀ ਹੈ। ਗੁਰੂ ਨੇ ਬਾਣੀ ਵਿੱਚ ਆਖਿਆ, ਬਹੁਤ ਤਾਲ ਪੂਰੇ ਵਾਜੇ
बजाए ना को सुने ना मन वसाए। हालांकि इस ताल बारे जीव नु कुछ पता नहीं दा सुख की है दुख की। माया कारण पिड़ बंद नाचे गुरबाणी तुकाई। गुरबाणी ने कोई पक्ष ऐसा नहीं छड़िया जेड़ा समझान वाला होवे ते गुरु ना समझावे। ਕਹਿੰਦੇ ਨੇ ਬਹੁਤ ਆਰ ਭੋਲੇ ਬਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ। ਮਾਇਆ ਕਾਰਨ ਪਿੜ ਬੰਦ ਨਾਚੇ ਦੂਜੇ ਭਾਏ ਚਿਤ ਲੰਬਣਿਆ। ਮਾਇਆ ਅਰਥ ਮਾਇਆ ਕਹਿ ਬਹੁਤ ਲੋਕ ਨਾਚਿਆ ਮਨ ਤਾਲ ਵਜਾ ਰਿਹਾ ਤੇ ਉਹਦੇ ਤਾਲ ਵੀ ਬੜੇ ਅਹਿਮ ਨੇ। ਕਦੀ ਕਾਮ ਦਾ ਤਾਲ ਵਜਾਉਂਦਾ ਹੈ, ਕਦੀ ਕ੍ਰੋਧ ਦਾ ਤਾਲ ਵਜਾਉਂਦਾ ਹੈ, ਕਦੀ ਲੋਭ ਦਾ ਵਜਾਉਂਦਾ ਹੈ, ਕਦੀ ਮੋਹ ਦਾ ਵਜਾਉਂਦਾ ਹੈ, ਕਦੀ ਹੰਕਾਰ ਦਾ ਤਾਲ ਵਜਾਉਂਦਾ ਹੈ, ਕਦੀ ਆਸਾ ਕ੍ਰਿਸ਼ਨਾ ਦੇ ਤਾਲ ਵਜਾਉਂਦਾ ਹੈ। ਤੇ ਜੀਵ ਉਹਨਾਂ ਤਾਲਾਂ ਤੇ ਨੱਚਦੇ ਤਾਲਾਂ ਤੇ ਨੱਚਦੇ। ਆਪਾਂ ਇੱਕ ਹੋਰ ਸ਼ੌਕ ਪੜ੍ਹਨੇ ਆ ਨਾ, ਉਹਦੇ 'ਚ ਕਈ ਵਾਰ ਆਉਂਦਾ ਕਿ ਮਰਕਟ ਮੁਸਕੀ ਅਨਾਜ ਕੀ ਬਣ ਮੋਹਰਾ ਰਹੇ। ਬਾਂਦਰ ਨੇ ਮੁੱਠੀ ਭਰ ਅਨਾਜ ਦਾ ਲੋਭ ਕੀਤਾ, ਲਾਲਚ ਕੀਤਾ, ਉਹ ਵੀ ਤਾਲ ਸੀ, ਲੋਭ ਵੀ ਇੱਕ ਤਾਲ ਸੀ। ਬਰਕਟ ਮੁਸਤੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ ਛੂਟਣ ਕੋ ਸਹਿਸਾ ਪਰੇ, ਉਹ ਮਨ ਬੌਰਾ ਰੇ ਨਾਚਿਓ ਘਰ ਘਰ ਬਾਰ ਘਰ ਘਰ ਦਰਵਾਜ਼ੇ ਦਰਵਾਜ਼ੇ ਤੇ ਨੱਚਦਾ ਫਿਰਦਾ ਲੋਭ ਨੇ ਨਚਾ ਦਿੱਤਾ, ਦਰ ਦਰ ਤੇ ਭਟਕਦਾ ਫਿਰਦਾ ਲੋਭ ਨੇ ਨਚਾ ਦਿੱਤਾ। ਤੇ ਉਹ ਲੋਭ ਦਾ ਤਾਲ ਮਨ ਵਜਾ ਰਿਹਾ ਸੀ। ਮਨ ਵਜਾਉਂਦਾ ਹੈ ਤਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਦ੍ਵੈਤਾ ਨਫ਼ਰਤ, ਇਹ ਸਾਰੇ ਤਾਲ ਜਿਹੜੇ ਨੇ ਮਨ ਦੇ ਨੇ। ਮਨੁੱਖ ਇਹਨਾਂ ਤਾਲਾਂ ਵਿੱਚ ਵੀ ਆਪਣਾ ਜੀਵਨ ਰੌਚਕਤਾ ਭਾਲ ਕੇ ਜਿਉਂਦਾ। ਹੰਕਾਰੀ ਮਨੁੱਖ ਜਿਹੜਾ ਉਹ ਵੱਡੀਆਂ ਵੱਡੀਆਂ ਪਦਵੀਆਂ ਦਾ ਆਪਣੀ ਦੌਲਤ ਹੰਕਾਰ ਕਰਦਾ, ਪਰ ਉਹਨੂੰ ਚੰਗਾ ਲੱਗਦਾ ਹੈ। ਡਰ ਕਿਉਂ ਹੋਇਆ, ਡਰ ਕਿਉਂ ਹੋਇਆ, ਉਹਨੂੰ ਚੰਗਾ ਲੱਗਦਾ। ਇਸ ਲਈ ਉਹਦੀ ਰੌਚਕਤਾ ਕਿਸੇ ਦਾ ਘਰ ਭੰਨ ਕੇ ਵੀ ਦੌਲਤ ਕਮਾ ਲੈਣੀ, ਕਿਸੇ ਨੂੰ ਮਾਰ ਕੇ ਸਹਿਮ ਦੇ ਕੇ ਧਮਕੀ ਦੇ ਕੇ ਵੀ ਅੰਦਰ ਹੁੰਦਾ ਖੁਸ਼ ਹੁੰਦਾ। ਕਿਉਂ? ਕਿਉਂਕਿ ਉਹਦਾ ਤਾਲ ਵੱਜ ਰਿਹਾ, ਉਹਦੇ ਨਾਲ ਨੱਚ ਰਿਹਾ। ਕਿਸੇ ਨੂੰ ਧਮਕੀ ਮਾਰਨ ਦੀ ਧਮਕੀ ਦਿੰਦਾ ਜਿਹੜਾ ਕਿਸੇ ਦਾ ਘਰ ਹੁੰਦਾ ਹੈ, ਕਿਸੇ ਦਾ ਘਰ ਚੋਰੀ ਕਰਦਾ, ਆਖਰ ਉਹਨੂੰ ਉਹਦੇ ਵਿੱਚ ਖੁਸ਼ੀ ਮਿਲਦੀ ਹੈ। ਇੱਕ ਆਦਮੀ ਜੂਆ ਖੇਡ ਰਿਹਾ, ਉਹਦੇ ਹੱਥ ਪੈਸਾ ਆ ਗਿਆ, ਉਹ ਖੁਸ਼ ਹੈ। ਕਿਸੇ ਦਾ ਘਰ ਭੰਡ ਰਿਹਾ, ਉਹਦੇ ਘਰੋਂ ਦੌਲਤ ਹੱਥ ਆ ਗਈ, ਖੁਸ਼ ਹੈ। ਜਿਹੜਾ ਹੰਕਾਰੀ ਹੈ ਉਹ ਕਿਸੇ ਨੂੰ ਤਸੀਹੇ ਦੇ ਰਿਹਾ, ਅਜੀਬ ਗੱਲ ਹੈ, ਉਹਦੇ ਸਾਹਮਣੇ ਜਿਹਨੂੰ ਤਸੀਹੇ ਦੇ ਰਿਹਾ ਉਹ ਤੇ ਰੋ ਰਿਹਾ, ਪਰ ਉਹਦਾ ਰੋਣ ਵੇਖ ਕੇ ਇਹ ਖੁਸ਼ ਹੋ ਗਿਆ, ਕਿਉਂਕਿ ਇਹਦੇ ਲਈ ਜੀਵਨ ਦੀ ਰੌਚਕਤਾ ਹੈ। ਇਹ ਕ੍ਰੋਧ ਦੇ ਤਾਲ ਤੇ ਜਾਂਦਾ, ਜਦੋਂ ਕ੍ਰੋਧ ਦੇ ਤਾਲ ਤੇ ਨੱਚਦਾ ਉਦੋਂ ਇਹ ਗੁਰੂ ਨੇ ਆਖਿਆ ਬਾਣੀ ਵਿੱਚ, ਫੇਰ ਕੱਲ ਮੂਲ ਕ੍ਰੋਧ ਨੂੰ ਦੰਜ ਕਰਨਾ ਨਾ, ਉਹ ਪਰ ਜਿੱਤੇ ਰਹਿ ਤੂੰ ਦੁਖਾਈ ਸੀ ਅੱਗੇ ਲੱਗਣੇ। ਵਿਖਿਅੰਤ ਜੀਵਨ ਜਿੰਨੇ ਜ਼ਹਿਰ ਦੇ ਜੀਵਨ ਵਿਖਿਅੰਤ ਜੀਵਨ ਵਸ਼ਿਅੰ ਕ੍ਰੋਧ ਨਿਰਤੀਆਂ ਕ੍ਰੋਧ ਜਥਾ ਮਤ ਪਏ। ਬਾਂਦਰ ਦੀ ਤਰ੍ਹਾਂ ਇਹ ਨਿਰਤ ਕਰਦਾ ਹੈ ਜਦੋਂ ਕ੍ਰੋਧੀ ਹੋ ਜਾਂਦਾ ਗੁੱਸੇ ਵਿੱਚ, ਇਹ ਵੀ ਨਿਰਤ ਹੈ। ਪਰ ਜਿਹੜਾ ਗੁੱਸੇ ਵਿੱਚ ਕਿਸੇ ਨੂੰ ਤਸੀਹੇ ਦੇ ਰਿਹਾ ਉਹਨੂੰ ਉਹਦੇ ਵਿੱਚ ਰੌਚਕਤਾ, ਕਿਹੜੀ ਅਜੀਬ ਗੱਲ ਹੈ। ਜੇ ਉਹਨੂੰ ਉਹਦੇ ਵਿੱਚ ਰੌਚਕਤਾ ਨਾ ਦਿਸੇ ਨਾ ਪੈਦਾ ਹੋਵੇ ਤੇ ਜਲਾਦ ਸੰਸਾਰ ਤੇ ਕਿਉਂ ਪੈਦਾ ਹੋਵੇ। ਜਿਹਨਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਉਹ ਵੀ ਤੇ ਮਨੁੱਖ ਹੀ ਸਨ। ਜਿਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਉਹ ਵੀ ਤਾਂ ਮਨੁੱਖ ਹੀ ਸਨ। ਕਿਸੇ ਤੇ ਤਲਵਾਰ ਚਲਾ ਕੇ ਉਹਨਾਂ ਦੀ ਖੁਸ਼ੀ ਹੈ, ਕਿਉਂਕਿ ਜਿਹਦੇ ਅਧੀਨ ਨੇ ਉਹ
ਉਹ ਹੈ ਕ੍ਰੋਧ, ਉਸ ਉਸ ਤਲ ਤੇ ਆਪਣਾ ਜੀਵਨ ਗੁਜ਼ਾਰ ਰਹੇ ਨੇ। ਇਸ ਲਈ ਮਨ ਜਿਹੜਾ ਹੈ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਤਾਲਾਂ ਵਜਾਉਂਦਾ ਹੈ ਤੇ ਸਾਰੀ ਜ਼ਿੰਦਗੀ ਉਹਨਾਂ ਤਾਲਾਂ ਤੇ ਜੀਵ ਨੱਚਦਾ ਰਹਿੰਦਾ ਹੈ। ਉਹਦੇ ਵਿੱਚ ਹੀ ਉਹ ਖੁਸ਼ੀ ਮੰਨਦਾ, ਉਹ ਕਹਿੰਦਾ ਮੈਂ ਬਹੁਤ ਕਮਾ ਲਿਆ, ਬਹੁਤ ਦੁਨੀਆ ਮੈਨੂੰ ਆਪਣੇ ਅਧੀਨ ਕਰ ਲਿਆ, ਗੁਲਾਮ ਕਰ ਲਿਆ, ਮੇਰੇ ਵਰਗਾ ਸਫਲ ਜੀਵਨ ਕਿਸੇ ਦਾ ਨਹੀਂ, ਕਿਉਂਕਿ ਉਹਦੇ ਤਾਲ ਵਿੱਚ ਉਹ ਨੱਚ ਰਿਹਾ। ਹੁਣ ਗੁਰੂ ਖਿਆਲ ਦਿੰਦੇ ਨੇ, ਬਾਬਾ ਕਬੀਰ ਕਹਿੰਦੇ ਨੇ, ਹੇ ਮੇਰੇ ਮਾਲਿਕ, ਮੇਰੇ ਕੋਲ ਹੁਣ ਇਹ ਨਾਚ ਨਹੀਂ ਨੱਚੇ ਜਾਂਦੇ, ਨਹੀਂ ਨੱਚੇ ਜਾਂਦੇ, ਕਿਉਂ? ਕਿਉਂਕਿ ਮੇਰਾ ਮਨ ਵੀ ਪਾਪ ਕਰ ਕਰਕੇ, ਗੁਨਾਹ ਕਰ ਕਰਕੇ, ਲੋਕਾਂ ਦੇ ਘਰ ਲੁੱਟ ਲੁੱਟ ਕੇ, ਪਰਾਇਆ ਹੱਕ ਮਾਰ ਮਾਰ ਕੇ, ਆਖਰ ਕਦੀ ਅਹਿਸਾਸ ਤੇ ਹੁੰਦਾ ਨਾ ਮਨ ਨੂੰ ਵੀ ਮੈਂ ਜੋ ਕੁਝ ਕਰ ਰਿਹਾ ਗਲਤ ਕਰ ਰਿਹਾ। ਮੇਰਾ ਮਨ ਢੋਲ ਨਹੀਂ ਵਜਾਉਂਦਾ, ਅਬ ਮੋਹੇ ਨਾਚਨੋ ਨਾ ਆਵੇ, ਮੇਰਾ ਮਨ ਮੰਦਰੀਆ ਨਾ ਵਜਾਵੇ। ਹੁਣ ਮੇਰਾ ਮਨ ਇਹ ਢੋਲ ਨਹੀਂ ਵਜਾਉਂਦਾ, ਇਹ ਤਾਲ ਨਹੀਂ ਵਜਾਉਂਦਾ। ਹੁਣ ਅਗਲੇ ਪਾਸੇ ਖਿਆਲ ਦਿਓ, ਜੇ ਤੂੰ ਭਲਾ ਨੱਚਣਾ ਛੱਡ ਦੇ, ਜਿਨ੍ਹਾਂ ਤਾਲਾਂ ਤੇ ਤੂੰ ਨੱਚ ਲਿਆ ਸੀ ਖਤਮ ਹੋ ਗਏ, ਤਾਂ ਕਿ ਤੂੰ ਨਾਚ ਹੀ ਖਤਮ ਕਰ ਦੇਵੇ, ਫਿਰ ਇੱਥੇ ਰੁਕਣਾ। ਤੇ ਜੇ ਤੇਰਾ ਨਾਚ ਖਤਮ ਹੋ ਗਿਆ, ਸਫ਼ਰ ਔਖਾ ਹੋ ਗਿਆ, ਜੇ ਤੂੰ ਨਾਚ ਹੀ ਛੱਡ ਦਿੱਤਾ ਤੇ ਤੇਰੇ ਜੀਵਨ ਦੀ ਰੌਚਕਤਾ ਖਤਮ ਹੋ ਗਈ। ਭਾਵੇਂ ਉਹ ਬੁਰਾਈ ਵਿੱਚੋਂ ਆਪਣੀ ਰੌਚਕਤਾ ਲੈ ਰਿਹਾ ਸੀ, ਪਰ ਉਹ ਤਾਂ ਖੁਸ਼ ਸੀ ਨਾ ਵੀ ਮੈਂ ਕਿਸੇ ਦਾ ਹੱਕ ਮਾਰ ਲਿਆ, ਕਿਸੇ ਦਾ ਜ਼ੁਲਮ ਕਰ ਲਿਆ, ਹੰਕਾਰ ਵਿੱਚ ਕਹਿੰਦਾ ਸੀ, ਆਪਣੇ ਆਪ ਵਿੱਚ ਤਾਂ ਖੁਸ਼ ਸੀ। ਪਰ ਜੇ ਤੂੰ ਨਾਚ ਹੀ ਛੱਡ ਦਿੱਤਾ ਤਾਂ ਤੇਰਾ ਜੀਵਨ ਰੁੱਖਾ ਹੋ ਜਾਏਗਾ। ਜੀ ਫਿਰ ਮੈਨੂੰ ਦੱਸੋ ਮੈਂ ਕੀ ਕਰਾਂ, ਕੀ ਕਰਾਂ? ਮਨ ਨੇ ਅਹਿਸਾਸ ਕਰ ਲਿਆ ਕਿ ਮੈਂ ਗਲਤ ਤਾਲ ਵਜਾਉਂਦਾ ਰਿਹਾ, ਇਸ ਲਈ ਉਹਨੇ ਤਾਲ ਵਜਾਉਣੇ ਛੱਡ ਦਿੱਤੇ ਨੇ, ਮੇਰਾ ਨਾਚ ਵੀ ਖਤਮ ਹੋ ਰਿਹਾ। ਅਬ ਮੋਹੇ ਨਾਚਨੋ ਨਾ ਆਵੇ, ਮੇਰਾ ਮਨ ਮੰਦਰੀਆ ਨਾ ਵਜਾਵੇ। ਕਾਮ ਕ੍ਰੋਧ ਮਾਇਆ ਲੈ ਜਾ ਰਹੀ ਤੁਸ਼ਨਾ ਗੋਬਰ ਉਪਰ ਕਹਿਤਾ ਤਾਗਾ ਤੰਤ ਸ਼ਬਦ, ਕੋਈ ਚੀਜ਼ ਨਹੀਂ ਰਹੀ ਥਾ ਸਾਰ ਸਭ ਥਾਰ ਪਾ। ਮੇਰੇ ਨਾਚਣ ਦੇ ਜਿੰਨੇ ਅਡੰਬਰ ਸਨ, ਜਿਹਦੇ ਅਧੀਨ ਨੱਚ ਰਿਹਾ ਸਨ, ਸਾਰੇ ਖਤਮ ਹੋ ਗਏ। ਕਹਿਣ ਲੱਗੇ ਫਿਰ ਤੂੰ ਨਾਚ ਛੱਡ ਦੇਗਾ, ਫਿਰ ਜੀਵਨ ਰੁੱਖਾ ਹੋ ਜਾਏਗਾ, ਜੀ ਫਿਰ ਕੀ ਕਰਾਂ? ਕਹਿਣ ਲੱਗੇ ਆ ਨਾਚ ਛੱਡ ਨਾ, ਨਾਚ ਬਦਲ ਦੇ, ਅੱਗੇ ਤੂੰ ਮਨ ਦੇ ਵਜਾਏ ਹੋਏ ਤਾਲਾਂ ਦੇ ਅਧੀਨ ਨੱਚਦਾ ਸੀ, ਆ ਹੁਣ ਗੁਰੂ ਦੇ ਵਜਾਏ ਹੋਏ ਤਾਲਾਂ ਦੇ ਅਧੀਨ ਨੱਚ ਲੈ। ਗਲਤ ਇਹ ਹੈ, ਜੀਵਨ ਨੂੰ ਕਿਸੇ ਦੇ ਅਧੀਨ ਹੀ ਕਰਨਾ ਹੈ ਨਾ। ਅੱਗੇ ਤੂੰ ਮਨ ਦੇ ਅਧੀਨ ਕੀਤਾ ਹੋਇਆ ਸੀ, ਹੁਣ ਗੁਰੂ ਦੇ ਅਧੀਨ ਕਰ। ਗੁਰਮੁਖ ਵੀ ਨੱਚਦਾ, ਗੁਰੂ ਦੇ ਬਾਣੀ ਵਿੱਚ ਆਖਿਆ ਹੈ, ਵਜਾਉਣ ਵਾਲਾ ਬਦਲ ਦੇ। ਤੇ ਜਵਾਬ ਸੀ ਬਾਣੀ ਦਾ, ਕੀ ਭਲਿਆ ਆਪਣੇ ਗੁਰੂ ਦਾ ਨਚਾਇਆ ਹੋਇਆ ਨੱਚ, ਗੁਰੂ ਵੀ ਤਾਂ ਵਜਾਉਂਦਾ ਹੈ, ਨਾਚੇ
ਮਨ ਮੰਦਰ ਜਿਹਾ ਵਜਾਉਂਦਾ ਉਹਦੇ ਅਧੀਨ ਨੱਚਿਆ ਜਾ ਦੁਨੀਆ ਸਾਰੀ ਬਤਾਤ ਵਿੱਚ ਲੋਕ ਮਨ ਮੰਦਰ ਜਾਂ ਕਾਮ ਕ੍ਰੋਧ ਲੋਭ ਓਹਕਾਰ ਦੇ ਜੀਵਨ ਦੇ ਨਾਚ ਨੱਚ ਰਹੇ ਨੇ ਤੇ ਗੁਰੂ ਕਹਿੰਦੇ ਨੇ ਨਾਚ ਬਦਲ ਦੇ ਨਾਚ ਛੱਡ ਨਾ ਨਹੀਂ ਤੇ ਜੀਵਨ ਕਿਸੇ ਹਾਰ ਦਾ ਲਾਉਣਾ ਹੈ ਨਾ ਇਹ ਵੀ ਤਾਂ ਇੱਕ ਹਾਰ ਹੈ ਸਤਿਗੁਰੂ ਨੇ ਬਾਣੀ ਵਿੱਚ ਕਿਉਂ ਆਖਿਆ ਕਿ ਮੇਰੇ ਮਨ ਦੀ ਇਹ ਅਵਸਥਾ ਹੈ ਚਾਹੁੰਦਾ ਹੈ हे मेरे रब मेरे गुरु मैनू किसे आहार ला हर कीर्तन का आहार हो हर देहो नानक के मीत आहार ਸਿਖਾ ਰਹੇ ਹੋ ਤੇ ਇਹ ਵੀ ਦੱਸੋ ਗੁਰੂ ਕਿਹੜੇ ਤਾਲ ਵਜਾਉਂਦਾ ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਸਤ ਸੰਤੋਖ ਵਜੇ ਦੋਇ ਤਾਲ ਗੁਰੂ ਸਤ ਸੰਤੋਖ ਦੇ ਤਾਲ ਵਜਾਉਂਦਾ ਹੈ ਉਹ ਕੰਮ ਕ੍ਰੋਧ ਲੋਭ ਮੋਹ ਹੰਕਾਰ ਮਨ ਜਿਹੜਾ ਹੈ ਉਹ ਵੀ ਤਾਲ ਵਜਾਉਂਦਾ ਹੈ ਉਹ ਕੰਮ ਕ੍ਰੋਧ ਲੋਭ ਮੋਹ ਹੰਕਾਰ ਦੇ ਤਾਲ ਵਜਾਉਂਦਾ ਹੈ ਗੁਰੂ ਵੀ ਤਾਲ ਵਜਾਉਂਦਾ ਹੈ ਇਹ ਸਤ ਸੰਤੋਖ ਦੇ ਤਾਲ ਵਜਾਉਂਦਾ ਹੈ ਤੂੰ ਹੁਣ ਉਸ ਆਪਣੇ ਪੈਰਾਂ ਦੇ ਚੱਲਣ ਨੂੰ ਸਤ ਸੰਤੋਖ ਦੀ ਚਾਲੀ ਤੇ ਤੋਰ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਰ ਤੇ ਗੁਰੂ ਸਤ ਸੰਤੋਖ ਦੇ ਤਾਲ ਵਜਾਏਗਾ ਤੇ ਜਿਹੜਾ ਆਪਣੇ ਪੈਰਾਂ ਨੂੰ ਉਸ ਵਾਜੇ ਨਾਲ ਉਸ ਆਵਾਜ਼ ਨਾਲ ਉਸ ਤਾਲ ਨਾਲ ਮੇਲ ਲਏਗਾ ਉਹ ਨਿਹਾਲ 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 ਹੋ ਜਾਏਗਾ ਫੈਸਲਾ ਬਣੀ ਦੇ ਕਹਿੰਦੇ ਸਤ ਸੰਤੋਖ ਵਜੇ ਦੋਏ ਸਤ ਸੰਤੋਖ ਦੇ ਤਾਲਾਂ ਤੇ ਨੱਚਣਾ ਸਿੱਖ ਗਿਆ ਉਹ ਨਿਹਾਲ ਹੋ ਗਿਆ ਹੁਣ ਫੈਸਲਾ ਹੈ ਬਾਬਾ ਕਬੀਰ ਦਾ ਫਿਰ ਪੜ੍ਹਨਾ ਜਿਹਦੇ ਵਿੱਚ ਬਾਬਾ ਕਬੀਰ ਆਖਦੇ ਨੇ ਮੇਰੇ ਮਾਲਕ ਮਨ ਤਾਂ ਥੱਕ ਗਿਆ ਹੁਣ ਮੈਂ ਮਨ ਦੇ ਤਾਲਾਂ ਤੇ ਨਹੀਂ ਨੱਚ ਸਕਦਾ ਤੇ ਮਨ ਨੇ ਹੁਣ ਮੇਰੇ ਅੰਦਰ ਤਾਲ ਵਜਾਣੇ ਵੀ ਛੱਡ ਦਿੱਤੇ ਕਹਿੰਦੇ
जीवन बड़ा लंबा सफर है। सफर विच थकावट हो ना जाए, जेड़े लोग कोई भी किसी किस्म का रोचकता भरिया किसी के अधीन नाच नहीं सीखते ना, ना वो धर्मी होंगे ने, ना वो संसार विच सफल होंगे ने, ऐसे लोग ही सुसाइड कर लें, थक जाते हैं जीवन तो। पर जेड़े जालम ने वो भी सुसाइड नहीं करते, क्योंकि उन्होंने मुंह के विच रंजकता मिल रही है, वो मन के ताला ते काम क्रोध लोभ अहंकार ते नच रहे हैं। पर गुरु कहता है आखिर मन ये महसूस करे, जान ले कि मन दे ताल जेड़े ने वो दुखा विच पा देंदे ने, दूजे पाए ला देंदे ने, दूजे पाए ला देंदे ने। इसलिए आ ताल ते रोचकता ही पैदा करनी है ना, ताकि जीवन व्यर्थ ना नजर आवे। उनका तरीका ये हुआ है कि नाच रहे मन गुर के आगे, गुर के बहाने नाचे ता सुख पावे, अंते जम भाव भागे। जिस दिन तू गुरु दे बजाए हुए ताल, सत संतोख वजे दो ताल, पैरी वाजा सदा निहाल, उस निहालता दी खुशी दे केहरे विच आएगा, तैनू एहसास होगा कि पहला भी लोग नचते ने, होर भी नचते ने, मैं भी नचता रहा, पर जदों गुरु दी ताल ते नचिया उनके जीवन का सुख का एहसास अपना है। ये हुण असीं फैसला करना है, अपने सामने एक स्वरूप बन के रख दिता है बाबा कबीर जी ने, जिहड़े समझण दी लोड़ है इन्हां शब्दां नाल कि मंदा जा चिखा। फतेह बुलाओ वाहेगुरु जी का खालसा, वाहेगुरु जी की फतेह।